स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड कम्मेयाणा फरीदकोट इहनू जिला पैंदा दोस्तो ते कम्मेयाणा फरीदकोट दे बिल्कुल ही नाल है। सैदू शाह दे नां ते दोस्तो मेला हुंदा इस साल चोटी दा कलाकार बाई हरी पिंड दे विच बुलाउंदे आ फरीदकोट जिला ते फरीदकोट दे बिल्कुल नाल। ते जिहड़े घर चों वीडियो बना रहे हैं दोस्तो वीर शौक वजों व्यापार दा काम करदा ते नाल हालांकि खुद जिहड़ा वीर सर्विस भी करदा इक। सो अज दोस्तो दो नाग है जिहदे च इक ताजी सूई भी चंगे दुध वाली गां ते नाल बच्चा भी चंगे सीमण दा ते इक गां दोस्तो तोकड़ गाभण है वकाऊ है दोने नाग। इन्हां बारे जानकारी लै लैंदे आ वीडियो नूं एंड तक देखियो जिहनूं जिहड़ा पशु चंगा लगे आपदी तसली करके तुसीं खरीद सकदे हो। आओ बाई नाल गल्लबात करदे हां। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਨਾਮ ਦੱਸੀ ਵੀਰ? ਨਾਮ ਬਾਈ ਜੀ ਬੋੜ ਸਿੰਘ ਆ। ਠੀਕ ਹੈ ਬੋੜ ਬਾਈ, ਕਿਹੜੇ ਮਹਿਕਮੇ ਚ ਸਰਵਿਸ ਕਰਦਾ? ਬਿਜਲੀ ਬੋਰਡ ਚ। ਬਿਜਲੀ ਬੋਰਡ ਚ, ਠੀਕ ਹੈ। ਅੱਛਾ ਵਪਾਰ ਫਿਰ ਸ਼ੌਂਕ ਹੀ ਆ ਤੌਰ ਤੇ ਹੀ ਆ? ਸ਼ੌਂਕ ਦੇ ਤੌਰ ਤੇ ਕਰਦਾ। ਜਿਹੜੀ ਇਹ ਗਾਂ ਅੱਜ ਆਪਾਂ ਵਕਾਊ ਕੀਤੀ ਹੈ ਹੁਣ, ਹਾਂਜੀ, ਕਿੰਨਵਾਂ ਸੂਆ ਸੂਪੀ? ਇਹ ਦੂਜਾ ਸੂਆ ਸੂਈ ਹੈ ਜੀ। ਦੂਜਾ ਸੂਆ ਸੂਈ ਹੈ, ਹਾਂਜੀ। ਕਰਦੀ ਹੈ ਜਾਂ ਖਰੀਦੀ ਹੈ? ਨਹੀਂ, ਆਪਾਂ ਤੋਕੜ ਗੱਭਣ ਲਈ ਸੀ, 12 ਲੀਟਰ ਦੁੱਧ ਸੀ 6 ਮਹੀਨੇ ਦੀ ਗੱਭ ਸੀ। ਅੱਛਾ, ਤੋਕੜ ਗੱਭਣ ਲਈ ਸੀ, ਹਾਂਜੀ। ਤੇ ਹੁਣ ਕਿੱਦਣ ਸੂਈ ਹੈ ਇਹ? ਇਹ ਬਈ ਕੱਲ ਸੂਈ ਹੈ, ਦੁਪਹਿਰੇ ਤੇ ਆ ABS ਦੇ ਬਰੂਟ ਦੇ ਸੀਮਣ ਦੀ ਬੱਚੀ ਹੈ ਇਹਦੇ ਮਗਰ। ਠੀਕ ਹੈ, ਕੱਲ ਸੂਈ ਹੈ ਤੇ ਬਰੂਟ ਦੀ ਬੱਚੀ ਹੈ। ਹਾਂ, ਜੇਰ ਜੂਰ ਦੀ ਸਾਰੀ ਓਕੇ, ਵੀਡੀਓ ਆਪਣੇ ਕੋਲੇ ਹੈ। ਵੀਡੀਓ ਬਣਾਈ ਵੀ ਉਹਦੀ? ਹਾਂਜੀ, ਠੀਕ ਹੈ। ਅੱਛਾ, ਹੁਣ ਬੋਲਾ ਕੱਲ ਦੀ ਸੂਈ ਥੱਲੇ ਹੀ ਅੰਦਾਜ਼ਾ ਜਾਂ ਕੋਈ ਕੀਤਾ ਹੋਵੇ ਕਿੰਨਾ? 16-17 ਕਿਲੋ ਹੈਗਾ ਜੀ। 16-17 ਕਿਲੋ ਹੈਗਾ। ਦੁੱਧ ਕਿੰਨਾ ਕੁ ਪਾਉਣਾ ਚਾਹੀਦਾ? ਇਹਨੇ 22 ਕਿਲੋ ਦਿੱਤਾ ਹੈ, 25-26 ਕਿਲੋ ਆਰਾਮ ਨਾਲ ਹੀ ਦੇਊਗੀ। 25-26 ਕਿਲੋ ਦੁੱਧ ਪਾ ਦੂਗੀ ਪੀਕ ਲੈਵਲ ਤੇ? ਹਾਂਜੀ। ਕੀ ਰੇਟ ਰੱਖਿਆ ਇਹਦਾ? ਰੇਟ ਇਹਦਾ 70,000 ਰੁਪਏ ਜੀ ਅੱਜ ਮਾਲੀ। ਖੋਲੀ ਬਈ ਨੂੰ ਦੋਸਤੋ, ਰੇਟ ਵਾਕਈ ਜਾਇਜ਼ ਹੈ, ਨਵਾਈ ਨਹੀਂ ਕਿਉਂਕਿ ਕੱਲ ਹੀ ਸੂਈ ਆ, ਉਹਦੇ ਕਰਕੇ ਉਸੇ ਤਰ੍ਹਾਂ ਤੁਸੀਂ ਇਹਨੂੰ ਦੇਖ ਰਹੇ ਹੋ। ਆਰਡਰ ਦੀ ਫਿਟਿੰਗ ਦੇਖੋਗੇ ਬੜੀ ਜ਼ਬਰਦਸਤ, ਤੇ ਜਿਹੜੇ ਥਾਣ ਆ ਦੋਸਤੋ ਉਹਨਾਂ ਦਾ ਸਾਈਜ਼ ਵੀ ਬਹੁਤ ਸੋਹਣਾ ਹੈ, ਤੁਹਾਨੂੰ ਮੈਂ ਚੰਗੀ ਤਰ੍ਹਾਂ ਵਿਖਾਉਣ ਦੀ ਕੋਸ਼ਿਸ਼ ਕਰੂੰਗਾ। ਦੂਜਾ ਸੂਆ ਵੈੜ ਸੂਪੀ ਹਵਾਨਾ ਦੇਖਿਓ, ਕਮਾਲ ਦਾ ਨਵਾਈ ਨਹੀਂ, ਜੇ ਚਮਕਾਈ ਹੁੰਦੀ ਤਾਂ ਫਿਰ ਤੁਹਾਨੂੰ ਹੋਰ ਹੀ ਲੱਗਣੀ ਸੀ, ਪਰ ਇਸ ਟਾਈਮ ਜਿਹੜਾ ਇਹਦਾ ਕਰੈਕਟਰ ਹੈ ਉਹ ਦਿਸਦੇ ਆ। ਹਜੇ ਦੋਸਤੋ ਕੱਲ ਹੀ ਸੂਈ ਹੈ, 16 ਕਿਲੋ ਤੋਂ ਬਾਹਰ 17 ਕਿਲੋ ਵਾਂਗੂ ਬੋਲਾ ਹੋਊਗਾ, 25 ਕਿਲੋ ਤੋਂ ਬਾਹਰ ਦੁੱਧ ਪਾਉਣਾ ਇਹਨੇ, ਪਰ ਦੁੱਧ ਜਿਹੜਾ ਉਹ ਤੁਹਾਨੂੰ ਹਵਾਨਾ ਵੀ ਦੱਸਦਾ ਹੋਊਗਾ। ਤੇ ਨਾਲ ਇਹਦੇ ਇੱਕ ਹੋਰ ਜਿਹੜੀ ਖਾਸ ਚੀਜ਼ ਮੈਨੂੰ ਲੱਗੀ ਉਹ ਇਹ ਆ ਵੀ ਇਹਦੇ ਨਾਲ ਵੱਛੀ ਜਿਹੜੀ ਹੈ ਬਾਈ ਦੱਸਦਾ ਵੀ ABS ਦੇ ਬਰੂਟ ਬੁੱਲ ਦੀ ਹੈ, ਬਰੂਟ ਦਾ ਰਿਕਾਰਡ ਬੜਾ ਚੰਗਾ ਦੋਸਤੋ ਫਾਰਮਾਂ ਦੇ ਵਿੱਚ। ਬਹੁਤ ਗਾਵਾਂ ਹੋਣਗੀਆਂ ਜਿਹੜੀਆਂ ਦੁੱਧ ਤੇ ਆਈਆਂ ਹੋਈਆਂ ਬਰੂਟ ਦੀਆਂ। ਆਰਡਰ ਦੇਖਿਓ ਦੋਸਤੋ, ਬਹੁਤ ਫਿਟਿੰਗ ਵਾਲਾ ਕੱਟ ਵਾਲਾ ਹਵਾਨਾ ਤੇ ਖੁੱਚਾਂ ਤੋਂ ਉੱਤੇ ਹੀ ਇਹ ਖਤਮ ਹੁੰਦਾ। ਜੇ ਥਣ ਦਾ ਸਾਈਜ਼ ਦੇਖਦੇ ਆ ਤਾਂ ਉਹ ਬਹੁਤ ਚੰਗਾ, ਥਣਾਂ 'ਚ ਮਿੱਠੀ ਦੇਖੀਏ ਤਾਂ ਉਹ ਵੀ ਬਹੁਤ ਚੰਗੀ। ਸੋ ਵੱਛੀ ਤੁਹਾਨੂੰ ਦਿਖਾ ਦਿੰਦੇ ਆ ਕਿੱਡੀ ਕਿਹਦੀ ਗਰੋਥ ਹੈ, ਕਿੱਦਾਂ ਦੀ ਵੱਛੀ ਹੈ। ਸੋ ਵੀਰੇ ਨੂੰ ਲਾਲ ਥਾਣਾ ਬਾਈ ਚਾਰੇ ਦੇ, ਠੀਕ ਹੈ, ਲਾਲ ਥਾਣਾ ਬਾਈ ਦੱਸਦਾ। ਤੇ ਤੁਸੀਂ ਦੇਖੋ ਦੋਸਤੋ ਢਾਂਚਾ ਹੋਣੀ, ਕਿਉਂਕਿ ਚੰਗੀ ਮਾਂ ਤੇ ਚੰਗੇ ਪਿਓ ਦੀ ਧੀ ਹੈ। ਸੋ ਇਹਦੇ ਨਾਲ ਫੀਮੇਲ ਕਾਫਾ ਦੀ ਪੂਛ ਫੜੀ ਬਈ ਮਾੜੀ ਜਿਹੀ ਜੀ। ਦੋਸਤੋ ਥਾਣਾ ਦਾ ਸਾਈਜ ਪਿਛਲਿਆਂ ਦਾ ਵੀ ਤੁਸੀਂ ਇੱਥੋਂ ਦੇਖ ਲਓ, ਹੱਥੀਂ ਬਹੁਤ ਸੋਹਣੀ ਚਵਾਈ ਇਸ ਗਾਂ ਨੇ ਕਰਾਉਣੀ ਹੈ। 70,000 ਡਿਮਾਂਡ ਹੈ, ਚੰਗੀ ਗਾਂ ਪਹਿਲੇ ਨੰਬਰ 'ਤੇ ਜਿਹੜੀ ਤੁਹਾਨੂੰ ਦਿਖਾਈ ਹੈ, ਫੀਮੇਲ ਕਾਫ ਦੇ ਨਾਲ ਬੱਚਾ ਨਾਲ ਇਹਦੇ ਵੱਛੀ ਹੈ। ਸੋ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ, ਵੱਡੇ ਹਵਾਨੇ ਦੀ ਹੈ। ਇੱਕ ਤੋਕੜ ਗੱਭਣ ਗਾਂ ਹੈ ਜਿਹੜੀ, ਇਹ ਤੋਕੜ ਗੱਭਣ ਆ ਬਾਈ, ਇਹ ਕਿੰਨੇ ਚਿਰ ਦੀ ਗੱਭਣ ਹੋ ਗਈ? ਬਾਈ 3 ਮਹੀਨੇ ਤੋਂ 10 ਦਿਨ ਘੱਟ ਆ। 3 ਮਹੀਨਿਆਂ ਤੋਂ 10 ਦਿਨ ਘੱਟ? 1 ਦਸੰਬਰ ਨੂੰ ਇਹਦੇ ਟੀਕਾ ਭਰਾਇਆ, ਇਹਦੇ ਵਿੱਚ ਐਚਐਫ ਦਾ ਇੰਪੋਰਟਡ ਸੀਮਨ ਭਰਾਇਆ। ਚੈੱਕ ਪਾਸ ਹੋ ਗਈ? ਚੈੱਕ ਪਾਸ ਹੋ ਗਈ ਆ, 9 ਕਿਲੋ ਦੁੱਧ ਆ। ਸੂਆ ਇਹ ਕਹਿੰਦਾ ਸੂਈ? ਸੂਆ ਦੂਜਾ ਹੀ ਸੋਹਣਾ। ਦੂਜਾ ਸੋਹਣਾ ਇਹਨੇ ਅੱਗੇ, ਇਹਦਾ ਰੇਟ ਕੀ ਰੱਖਿਆ ਬਾਈ? ਇਹਦਾ ਰੇਟ 29,000। 29,000 ਤੋਰੀ ਬਾਈ। ਦੋਸਤੋ ਸੈਂਗੇ ਦੇ ਛੋਟੇ ਛੋਟੇ ਜੇ ਹੈਗੇ ਆ, ਉਹ ਸਾਹਮਣੇ ਆ ਤੁਹਾਡੇ। ਰੱਜੀ ਫੁੱਲ ਆ, ਹੁਣ ਇਸ ਟਾਈਮ ਪੱਠਿਆ ਨਹੀਂ ਰਹਿਣਾ। ਹਵਾਨਾ ਇਹਦਾ ਵੀ ਕੱਟ ਵਾਲਾ ਚੰਗਾ, ਦੁੱਧ 9 ਕਿਲੋ ਹੈਗਾ ਦੋਸਤੋ, ਤੁਸੀਂ ਉਹ ਚੋ ਕੇ ਲੈ ਸਕਦੇ ਹੋ। ਬਿਨਾਂ ਨਿਆਣੇ ਠੀਕ ਹੈ, ਠੀਕ ਹੈ, ਇਸੇ ਤਰ੍ਹਾਂ ਮਿਲ ਪੂਗੀ। ਸੋ ਦੋਸਤੋ ਠੰਡੀ ਸੀਲ ਹੈ, ਦਰਮਿਆਨਾ ਕੱਦ ਹੈ, 29,000 ਰੇਟ ਆ ਦੋਸਤੋ। ਤੇ ਲਗਭਗ ਤੁਸੀਂ ਇਹ ਮੰਨ ਲਓ ਵੀ 3 ਕੁ ਮਹੀਨਿਆਂ ਦੇ ਆਸ ਪਾਸ ਗੱਭਣ ਚੈੱਕ ਪਾਸ ਹੈ। ਜਿਹਨੇ ਖਰੀਦਣੀ ਹੈ ਉਹਨੂੰ ਬੇਨਤੀ ਆ ਵੀ ਚੈੱਕ ਤੁਸੀਂ ਆਪਦੇ ਵੱਲੋਂ ਬੇਸ਼ੱਕ ਕਰਵਾ ਕੇ ਲੈ ਕੇ ਜਾਇਓ, ਆਪਦੀ ਤਸੱਲੀ ਫੁੱਲ ਕਰ ਲਿਓ ਜੀ। ਨੰਬਰ ਵੀਰ ਦਾ ਮੈਂ ਸਕਰੀਨ ਉੱਤੇ ਲਾਇਆ, ਥਣ ਦਾ ਸਹਿਜ ਵੈੜ ਦਾ, ਚਾਰੇ ਥਣ ਬਹੁਤ ਸੋਹਣੇ, ਹੱਥੀਂ ਤੁਸੀਂ ਚਵਾਈ ਕਰ ਸਕੋਗੇ, ਬਹੁਤ ਸੋਹਣੀ ਜਿਹੜਾ ਥਣ ਦਾ ਸਹਿਜ ਦੇਖਦੇ ਹਾਂ ਤਾਂ ਬਹੁਤ ਚੰਗਾ ਦੋਸਤੋ, ਇੱਥੋਂ ਤੁਸੀਂ ਦੇਖ ਲਓ। ਸੋ ਹੱਥੀਂ ਚੁਆਈ ਵਾਸਤੇ ਬਹੁਤ ਵਧੀਆ ਥਣ ਹੈ ਇਹ, ਤੋਕੜ ਗੱਭਣ। ਅਤੇ ਇੱਕ ਦੋਸਤੋ ਤਾਜ਼ੀ ਸੂਈ ਵੀ, ਇਹਨੂੰ ਫਿਰ ਤੋਰ ਦੇ ਬਈ, ਇਹਨੂੰ ਦੁਬਾਰਾ ਤੋਰ ਕੇ ਦਿਖਾਉਣਾ ਦੋਸਤੋ, ਕਿਉਂਕਿ ਜਿਹੜੀ ਚੀਜ਼ ਚੰਗੀ ਹੈ ਉਹਦੀ ਪਰਖ ਤੁਹਾਨੂੰ ਦੂਰੋਂ ਹੋਣੀ ਚਾਹੀਦੀ ਹੈ।
ਨਵਾਈ ਨਹੀਂ ਦੱਸੋ, ਜੇ ਇਹ ਨਵਾਈ ਹੋਵੇ ਤਾਂ ਚਮਕੂਗਾ ਰੰਗ ਇਹਦਾ, ਸੋਹਣਾ ਲੱਗਣਾ ਰੰਗ। ਉਸੇ ਤਰ੍ਹਾਂ ਤੁਹਾਨੂੰ ਇਹ ਦਿਖਾ ਰਹੇ ਕਿਉਂਕਿ ਮੈਂ ਪਹਿਲਾਂ ਦੱਸਿਆ ਸ਼ੌਂਕੀਆ ਤੌਰ 'ਤੇ ਵੀਰ ਦਾ ਵਪਾਰ ਦਾ ਕੰਮ ਹੈ, ਕੋਈ ਬਹੁਤਾ ਇਹਦੇ 'ਚੋਂ ਜਿਹੜਾ ਉਹ ਪ੍ਰੋਫਿਟ ਵਾਸਤੇ ਕੰਮ ਇੱਥੇ ਨਹੀਂ ਕੀਤਾ ਜਾਂਦਾ। ਪਵਾਨਾ ਤੁਸੀਂ ਦੇਖ ਸਕਦੇ ਹੋ, ਸਟਰਕਚਰ ਬਹੁਤ ਸੋਹਣਾ ਦੋਸਤੋ, ਤੁਸੀਂ ਇੱਥੋਂ ਦੁਬਾਰਾ ਫੇਰ ਦੇਖ ਲਓ, ਇਹਨੂੰ ਦੁਬਾਰਾ ਤੋਰਤਾ ਅਤੇ ਨਾਲ ਇਹਦਾ ਜਿਹੜਾ ਗੌਣ ਇਹਨੂੰ ਚੰਗੀ ਹੋਰ ਬਣਾਉਣ ਦਾ ਦੋਸਤੋ ਉਹ ਹੈ ਇਹਦੇ ਨਾਲ ਜਿਹੜੀ ਵੱਛੀ ਬਰੂਟ ਬੁੱਲ ਦੀ। ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ।